ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਆ। ਔਰ 50 ਲੱਖ ਸਿੱਖ ਸੰਗਤ ਆਈ ਹੈ, 1 ਕਰੋੜ ਸੇ ਜ਼ਿਆਦਾ ਜੋ ਹੈ ਸਨਾਤਨ ਧਰਮ ਕੇ ਲੋਗੋ ਨੇ ਆ ਕੇ ਗੁਰੂ ਕੋ ਨਮਸਕਾਰ ਕੀਆ ਹੈ, ਐਸਾ ਸੰਸਾਰ ਮੇਂ ਕਭੀ ਨਹੀਂ ਹੁਆ ਹੈ, ਇਹ ਵਰਲਡ ਰਿਕਾਰਡ ਹੈ, ਪੰਜਾਬ ਮੇਂ ਕਿਆ ਕਹੀਂ ਵੀ ਦੁਨੀਆ ਮੇਂ ਐਸਾ ਨਹੀਂ ਹੁਆ ਹੈ ਸਮਾਗਮ ਜੋ ਯਹਾਂ ਹੁਆ ਹੈ, ਇਹ ਲੋਗੋਂ ਸੇ ਬਰਦਾਸ਼ਤ ਨਹੀਂ ਹੋ ਰਹਾ ਹੈ, ਵੀ ਇਹ ਜਥੇਦਾਰ ਕਾ ਨਾਮ ਲਿਮਕਾ ਬੁੱਕ ਵਰਲਡ ਰਿਕਾਰਡ ਮੇਂ ਕੈਸੇ ਆ ਗਿਆ, ਹਮ ਲੋਗੋ ਕਾ ਨਾਮ ਆਨਾ ਚਾਹੀਏ, ਉਹ ਤਾਂ ਗੁਰੂ ਕੀ ਹਮਨੇ ਕਿਸੀ ਕੋ ਬੋਲਾ ਥੋੜੀ ਹਮਾਰਾ ਨਾਮ ਦੀਜੀਏ। ਕੌਣ ਲੋਗੋ ਕੋ ਬਰਦਾਸ਼ਤ ਨਹੀਂ ਹੋ ਪਾ ਰਹਾ ਹੈ, ਉਹ ਕੌਣ ਲੋਗ ਹੈ? ਉਸਮੇ ਅਵਤਾਰ ਸਿੰਘ ਹਿਤ ਹੈ, ਜੋ ਲੱਖੋ ਰੁਪਿਆ ਗਮਨ ਕਰਕੇ ਬੈਠਾ ਹੁਆ ਦਿੱਲੀ ਕਾ, ਅਭੀ ਉਸਕੇ ਨਾਮ ਲੱਖੋ ਰੁਪਿਆ ਹੈ, ਔਰ ਲੱਖੋ ਰੁਪਿਆ ਗਮਨ ਕੀਆ ਅਕਾਲ ਤਖ਼ਤ ਸੁਖੋ ਸਜ਼ਾ ਮਿਲੀ, ਉਸਨੇ ਉਹ ਪੈਸਾ ਵਾਪਸ ਕੀਆ, ਉਹ ਵੀ ਰਿਕਾਰਡ ਵਹਾਂ ਪਰ ਹੈ, ਔਰ ਕਮਿਕਰ ਸੇ ਇੱਕ ਨੰਬਰ ਕਾ ਕ੍ਰਿਮਿਨਲ ਹੈ, ਆਤੰਕਵਾਦੀ ਹੈ, ਆਤੰਕਵਾਦੀ ਗਤੀਵਿਧੀਓ ਕੇ ਚਲਤੇ ਉਹ ਜੇਲ ਵੀ ਕਾਟ ਚੁਕਾ ਹੈ, ਉਹ ਯਹਾਂ ਆ ਕਰਕੇ ਇੱਕ ਤਰ੍ਹਾਂ ਕਾ ਆਤੰਕ ਫੈਲਾਨਾ ਚਾਹ ਰਹਾ ਹੈ, ਔਰ ਅਭੀ ਵੀ ਉਹ ਬੋਲ ਰਹਾ ਹੈ ਵੀ 5 ਤਾਰੀਖ ਕੋ ਪਰਸੋਂ ਹਮ 25 ਜੋ ਹੈ ਬਹੁਤ ਤਗੜੇ ਗੁੰਡੇ ਲੈ ਕੇ ਆ ਰਹੇ ਹੈ, ਯਹਾਂ ਹਮ ਤਲਵਾਰੇ ਚਲਾਏਂਗੇ, ਯਹਾਂ ਪਰ ਹਮ ਜਥੇਦਾਰ ਕੀ ਪਗੜੀ ਉਤਾਰੇਂਗੇ, ਉਸਨੇ ਲੋਗੋ ਕੇ ਮਾਧਿਅਮ ਸੇ ਹਮਕੋ ਯਹ ਖਬਰ ਪਹੁੰਚਾਈ ਹੈ, ਉਸਕੋ ਬੋਲ ਦੋ ਵੀ ਉਸਕੇ ਉੱਪਰ ਫਿਰ ਤਲਵਾਰ ਚਲੇਗੀ, ਫਿਰ ਉਸਕੀ ਪਗੜੀ ਹਮ ਉਤਾਰੇਂਗੇ, ਔਰ ਹਮ 25 ਬੰਦੇ ਜੋ ਹੈ ਉਹ ਇੱਕ ਗੁੰਡਾ ਟਾਈਪ ਕੇ ਆਦਮੀ ਲੈ ਕਰਕੇ ਹਮ ਆ ਰਹੇ ਹੈ, ਇਹ ਕਮਿਕਰ ਸਿੰਘ ਨੇ ਹਮਕੋ ਸੰਦੇਸ਼ ਭਿਜਵਾਇਆ ਹੈ, ਐਸਾ ਜੋ ਆਦਮੀ ਹੈ ਤਖਤ ਸਾਹਿਬ ਕਾ ਮੈਂਬਰ ਆ ਗਿਆ ਹੈ, ਉਸਕੇ ਸਾਥ ਅਵਤਾਰ ਸਿੰਘ ਹਿਤ ਕਿਉਂ ਸਹਿਯੋਗ ਕਰ ਰਿਹਾ ਹੈ, ਉਸਕੇ ਸਾਥ ਉਹ ਮਿਲ ਗਿਆ ਹੈ, ਇਸ ਲਈ ਤਖਤ ਸਾਹਿਬ ਕਾ ਜੋ ਮਾਨ ਸਨਮਾਨ ਹੈ ਉਹ ਸਦਾ ਬਣਤਾ ਰਹੇ, ਔਰ ਹਮ ਗੁਰੂ ਗੋਬਿੰਦ ਸਿੰਘ ਮਹਾਰਾਜ ਕੇ ਦਰ ਕੇ ਇੱਕ ਨਚੀਜ ਕੁੱਤੇ ਹੈ, ਇੱਕ ਨਿਮਾਣਾ ਕੁੱਕਰ ਹੈ, ਤੋ ਗੁਰੂ ਸਾਹਿਬ ਕੇ ਮਾਨ ਸਨਮਾਨ ਕੋ ਉਨਕੀ ਛਵੀ ਕੋ ਜਰਾ ਵੀ ਠੇਸ ਨਹੀਂ ਲੱਗਣੀ ਚਾਹੀਏ, ਹਮਾਰੇ ਜੈਸੇ ਕੁੱਤੇ ਤੋ ਕਿਤਨੇ ਆਏਂਗੇ ਕਿਤਨੇ ਜਾਏਂਗੇ, ਪਰ ਗੁਰੂ ਸਾਹਿਬ ਮਹਾਨ ਹੈ, ਉਹ ਸਦਾ ਹੀ ਮਹਾਨ ਰਹੇਗੇ। ਵਾਹਿਗੁਰੂ ਜੀ ਕਾ ਖਾਲਸਾ। ਹਮਨੇ ਫਿਰ ਯਹੀ ਨਿਰਣੇ ਲਿਆ ਵੀ ਹਮ ਅਸਤੀਫਾ ਦੇ ਰਹੇ ਹੈ, ਆਪਣਾ ਹਮਨੇ ਰਿਜਾਇਨ ਜੋ ਜਨਰਲ ਸਕੱਤਰ ਕੇ ਨਾਮ ਲਿਖ ਕਰਕੇ ਉਨਕੋ ਵਟਸਐਪ ਕਰ ਦਿਆ ਹੈ, ਔਰ ਮੀਡੀਆ ਕੋ ਵੀ ਹਮਨੇ ਜਗ੍ਹਾ ਜਾ ਪੰਜਾਬ ਮੇਂ ਸਭ ਜਗ੍ਹਾ ਹਮਨੇ ਮੀਡੀਆ ਕੋ ਵੀ ਉਸਕਾ ਉਸਕਾ ਬਾਤ ਯਹੀ ਹੈ, ਉਹ ਹਮ ਆਪਕੋ ਪੜ੍ਹ ਕਰ ਵੀ ਸੁਣਾ ਸਕਤੇ ਹੈ, ਉਸਮੇ ਉਸਮੇ ਜੋ ਲਿਖਾ ਹੁਆ ਹੈ ਹਮ ਸੰਕਸ਼ਿਪਤ ਮੇਂ ਆਪਕੋ ਸੁਣਾ ਦੇਤੇ ਹੈ, ਹੈ ਤੋ ਪੰਜਾਬੀ ਮੇਂ। ਸ਼੍ਰੀਮਾਨ ਜਨਰਲ ਸਕੱਤਰ ਸਾਹਿਬ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਅਪਾਰ ਕਿਰਪਾ ਦੁਆਰਾ ਪਿਛਲੇ 35 ਸਾਲ ਸੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਮੇਂ ਮੈਂ ਬਤੌਰ ਜਥੇਦਾਰ ਸੇਵਾ ਨਿਭਾ ਰਿਹਾ ਹੂੰ। ਮੇਰੇ ਤੇ ਸਤਿਗੁਰੂ ਨੇ ਕਿਰਪਾ ਕਰਕੇ ਨਾਮ ਗੁਰਬਾਣੀ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਕਾ ਪ੍ਰਚਾਰ ਪ੍ਰਸਾਰ ਕਰਵਾਇਆ, ਜੋ ਸਾਰੇ ਸੰਸਾਰ ਕੀ ਸੰਗਤ ਕੇ ਸਾਹਮਣੇ ਹੈ, ਜੋ ਕਿ ਕੁਛ ਧਾਰਮਿਕ ਔਰ ਰਾਜਨੀਤਿਕ ਲੋਗੋਂ ਕੋ ਬਰਦਾਸ਼ਤ ਨਹੀਂ ਹੋ ਰਿਹਾ, ਤਖ਼ਤ ਸਾਹਿਬ ਕੇ ਮਾਨ ਸਨਮਾਨ ਕੋ ਘਟਾਨੇ ਕੇ ਲੀਏ ਮੇਰੇ ਉੱਪਰ ਤਰ੍ਹਾਂ ਤਰ੍ਹਾਂ ਕੇ ਝੂਠੇ ਇਲਜ਼ਾਮ ਦੋਸ਼ ਲਗਾ ਰਹੇ ਹੈ, ਜਿਨ ਦੋਸ਼ੋਂ ਕੇ ਬਾਰੇ ਕਈ ਵਾਰ ਸਪਸ਼ਟੀਕਰਨ ਸੰਗਤ ਕੇ ਸਾਹਮਣੇ ਹੋ ਚੁਕਾ ਹੈ, ਫਿਰ ਵੀ ਬਾਰ ਬਾਰ ਝੂਠ ਬੋਲ ਕੇ ਸੰਗਤ ਕੋ ਗੁੰਮਰਾਹ ਕਰ ਰਹੇ ਹੈ, ਮੈਂ ਬਿਲਕੁਲ ਨਿਰਦੋਸ਼ ਹੂੰ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕੇ ਮਾਨ ਸਨਮਾਨ ਕੋ ਪ੍ਰਮੁੱਖ ਰੱਖਦੇ ਹੋਏ ਬਿਨਾਂ ਕਿਸੀ ਦਬਾਅ ਕੇ ਬਿਨਾਂ ਕਿਸੀ ਡਰ ਭੈ ਕੇ ਮੈਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੀ ਬਖਸ਼ਿਸ਼ ਕੀ ਹੋਈ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕੀ ਪਦਵੀ ਸੇ ਅਸਤੀਫਾ ਦੇ ਰਿਹਾ ਹੂੰ। ਧਾਰਮਿਕ ਅਖੌਤੀ ਆਗੂ ਰਾਜਨੀਤਿਕ ਲੋਗੋਂ ਕੀ ਸਾਜਿਸ਼ ਕਾ ਸ਼ਿਕਾਰ ਗੁਰੂ ਪੰਥ ਕਾ ਦਾਸ ਇਕਬਾਲ ਸਿੰਘ ਖਾਲਸਾ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ।